ਦਾ ਉਹ ਕੀ ਲੱਗਦਾ? ਉੱਚੀ ਬੋਲੋ, ਵੇਖ ਲਿਆ ਕੀ ਲੱਗਦਾ? ਤੇ ਹਜ਼ਰਤ ਅਮੀਰ ਮੁਆਵਿਆ ਮੋਮਨਾਂ ਦੇ ਕੀ ਲੱਗੇ? ਸਲਾਮ ਦੇ ਨਿਕਾਹ ਵਿੱਚ ਅੱਲਾ ਦਾ ਸੋਹਣਿਆ, ਜਿਹੜੀ ਔਰਤ ਤੇਰੇ ਨਿਕਾਹ ਵਿੱਚ ਆ ਗਈ ਉਹ ਮੋਮਨ ਦੀ ਮਾਂ ਹੈ, ਤੇ ਪਤਾ ਲੱਗਿਆ ਕੁਰਾਨ ਦੀ ਨਸ ਪਈਆ ਦੀਏ ਅਸਯਦਨਾ ਸਦੀਕ ਅਕਬਰ ਸਾਰਿਆਂ ਮੋਮਨਾਂ ਦੇ ਨਾਨਾ ਨੇ, ਹਜ਼ਰਤ ਅਮੀਰ ਮੁਆਵਿਆ ਰਜ਼ੀ ਅੱਲਾ ਸਾਰਿਆਂ ਮੋਮਨਾਂ ਦੇ ਸਾਰਿਆਂ ਮੋਮਨਾਂ ਦੇ ਸਾਰਿਆਂ ਸੁਣੋ, ਆਪਦੀ ਸੱਕੀ ਫੁੱਫੀ ਹਜ਼ਰਤ ਉਮੇ ਸਈਦ ਰਜ਼ੀਅੱਲਾਹੁ ਅਨਹਾ ਹਜ਼ਰਤ ਮੌਲਾ ਅਲੀ ਸ਼ੇਰੇ ਖੁਦਾ ਦੇ ਘਰੋਂ ਨੇ, ਤੇ ਮੌਲਾ ਅਲੀ ਹਜ਼ਰਤ ਅਮੀਰ ਮੁਆਵਿਆ ਦੇ ਫੁੱਫੜ ਵੀ ਲੱਗੇ, ਹਜ਼ਰਤ ਉਮਲ ਮੋਮਿਨੀਨ ਹਜ਼ਰਤ ਉਮੇ ਸਲਮਾ ਰਜ਼ੀਅੱਲਾਹੁ ਅਨਹਾ ਦੀ ਸੱਕੀ ਭੈਣ ਛੋਟੀ, ਹਜ਼ਰਤ ਉਮੇ ਹਿੰਦਾ ਹਜ਼ਰਤ ਅਮੀਰ ਮੁਆਵਿਆ ਦੇ ਘਰੋਂ ਨੇ, ਇੰਜ ਵੇਖ ਜ਼ਰਾ ਹਜ਼ਰਤ ਅਮੀਰ ਮੁਆਵਿਆ ਮੁਸਤਫਾ ਕਰੀਮ ਦੇ ਸਾਲੇ ਵੀ ਲੱਗੇ ਤੇ ਨਾਲੇ ਮਦੀਨੇ ਵਾਲੇ ਦੇ ਸਾਂਢੂ ਵੀ ਲੱਗੇ। ਇੱਥੇ ਰੌਲੇ ਬਾਈ ਫਿਰਦੇ, ਇੰਜ ਹੋ ਗਿਆ, ਯੂੰ ਹੋ ਗਿਆ, ਯੂੰ ਕੱਖ ਨਹੀਂ ਹੋ। ਇਹ ਅਸ਼ਿੱਦਾ ਵਲਲ ਕੁਫਾਰੇ ਰੂਹਾਂ ਮਾਓ ਬੇਈਨੋ, ਕਹੋ ਜ਼ਰਾ ਖੈਰ ਹੋਵੇ। ਸੁਭਾਨ ਅੱਲਾਹ, ਜ਼ਰਾ ਜੀਂਦੇ ਜੀਂਦੇ ਫਿਰ ਇੱਕ ਵਾਰੀ ਕਹਿ ਦਿਓ ਸੁਭਾਨ ਅੱਲਾਹ। ਜ਼ਰਾ ਮੇਰੇ ਦੋਸਤਾ ਇਹ ਯਾਲ ਸੁਨਤ ਵਜਮਾਤ ਦਾ ਅਕੀਦਾ ਕਹਿ, ਜ਼ਰਾ ਖੈਰ ਹੋਵੇ ਸੁਭਾਨ ਅੱਲਾਹ। ਵੇਖੋ ਨਾ, ਕਿਉਂਕਿ ਵੇਲਾ ਥੋੜ੍ਹਾ ਜਿਹਾ ਤੇ ਮੌਜੂ ਹੈ, ਦੋਵੇਂ ਬੜੇ ਲੰਮੇ ਚੌੜੇ ਨੇ, ਜਿਹੜੇ ਮੈਂ ਛੇੜਨ ਲੱਗਾ ਤਾਂ ਜ਼ਰਾ ਧਿਆਨ ਕਰਿਆ ਹੈ। ਮੇਰੇ ਦੋਸਤਾ ਵੇਖੋ ਨਾ, ਇਸਲਾਮ ਬੜੀ ਸ਼ਾਨ ਵਾਲਾ, ਇਹ ਦੀਨ ਇਸਲਾਮ ਬੜੀਆਂ ਸ਼ਾਨਾਂ ਵਾਲਾ। ਮੇਰੇ ਦੋਸਤਾ ਤਾਰੀਖ ਪੜ੍ਹ ਕੇ ਦੇਖ ਲੈ, ਸਾਰਾ ਮੁਤਾਲਾ ਕਰਕੇ ਦੇਖ ਲੈ, ਕਈ ਨਾਤ ਦੇ ਅੰਦਰ ਜਿਹਨੂੰ ਵੀ ਇੱਜ਼ਤ ਮਿਲੀ ਨਾ ਹਜ਼ਰ ਹਾਫਿਜ਼ ਅਦਨਾਨ ਸਾਹਿਬ, ਉਹਨੂੰ ਇਸਲਾਮ ਦੀ ਵਜ੍ਹਾ ਨਾਲ ਇੱਜ਼ਤ ਮਿਲੀ ਹੈ। ਖੁਦਾ ਦੀ ਕਸਮ, ਇੱਕ ਪਾਸੇ ਅਬੂ ਜਾਲ ਏ, ਇੱਕ ਪਾਸੇ ਸਈਦਨਾ ਪਿਆਰਾ ਬਿਲਾਲ ਏ, ਲੇਕਿਨ ਅਬੂ ਜਾਲ ਰਿਸ਼ਤੇਦਾਰ ਵੀ ਏ। ਲੇਕਿਨ ਅਗਰ ਛੋਟੇ ਜਿਹੇ ਬੱਚੇ ਦੇ ਅੱਗੇ ਨਾ ਅਬੂ ਜਾਲ ਦਾ ਲਏਗਾ, ਉਹ ਵੀ ਕਹੇਗਾ ਬੜਾ ਵੱਡਾ ਲਾਂਤੀ ਏ। ਹਜ਼ਰਤ ਪਿਆਰਾ ਬਿਲਾਲ ਮੁਰੱਬੀਆਂ ਦਾ ਮਾਲਕ ਕੋਈ ਨਹੀਂ, ਫੈਕਟਰੀਆਂ ਦਾ ਮਾਲਕ ਕੋਈ ਨਹੀਂ, ਹੈ ਵੀ ਮਾੜੇ ਨੇ ਪਰ ਮਦੀਨੇ ਵਾਲੇ ਦਾ ਸ਼ਦਾਈਏ। ਮੈਂ ਆਨਾ ਅੱਜ ਚੌਧਰੀ ਹੋਵੇ, ਰਾਜ ਹੋਵੇ, ਨੰਬਰਦਾਰ ਹੋਵੇ, ਪੀਰ ਹੋਵੇ, ਮੁਰੀਦ ਹੋਵੇ, ਹਾਫਿਜ਼ ਹੋਵੇ, ਜਦੋਂ ਵੀ ਹਜ਼ਰਤ ਪਿਆਰੇ ਬਿਲਾਲ ਦਾ ਨਾਂ ਲਵੇਗਾ, ਸਭ ਤੋਂ ਪਹਿਲੇ ਕਹੇਗਾ ਹਜ਼ਰਤ ਸੈਯਦਨਾ ਬਿਲਾਲ ਰੱਦੀ ਲੈਂਦੇ ਜੀ। ਹਜ਼ਰਤ ਹੋਰ ਫਰਮਾਇਆ, ਜੋ ਤਵੱਜੋ ਕਰੀਓ ਮੇਰੇ ਦੋਸਤਾ, ਤਾਰੀਖ ਪੜ੍ਹ ਕੇ ਦੇਖ ਲੈ, ਕੁਰਾਨ ਪੜ੍ਹ ਕੇ, ਨਬੀ ਪਾਕ ਦੀ ਹਦੀਸ ਦੀਆਂ ਕਿਤਾਬਾਂ ਪੜ੍ਹ ਕੇ ਦੇਖ ਲੈ, ਜਿਹਨੂੰ ਵੀ ਇੱਜ਼ਤ ਮਿਲੀ ਹੈ ਇਸਲਾਮ ਦੀ ਵਜ੍ਹਾ ਨਾਲ ਇੱਜ਼ਤ ਮਿਲੀ ਹੈ। ਪਰ ਮੈਂ ਸਦਕੇ ਜਾਵਾਂ, ਸਾਰੀ ਕਾਇਨਾਤ ਦੇ ਵਿੱਚ ਇੱਕ ਉਹ ਵਹਿਦ ਜਣੇ ਜਿਹਦਾ ਨਾਮ ਹੈ ਉਮਰ ਸਦੀਕ ਅਕਬਰ ਨੂੰ ਮਕਾਮ ਮਿਲਿਆ ਤੇ ਇਸਲਾਮ ਦੀ ਵਜ੍ਹਾ ਨਾਲ ਮਿਲਿਆ। ਮੈਂ ਪਿਆਨਾ ਨਾ, ਅਗਰ ਹਜ਼ਰਤ ਮੌਲਾ ਅਲੀ ਸ਼ੇਰ ਖੁਦਾ ਨਬੀ ਕਰੀਮ ਦਾ ਕਲਮਾ ਨਾ ਪੜ੍ਹਦੇ, ਇਹ ਗੱਲ ਹੈ, ਲੇਕਿਨ ਅਗਰ ਇੱਕ ਇੱਕ ਮਿੰਟ ਵਾਸਤੇ ਮੇਰੇ ਤਾਂ ਫਤਵਾ ਨਾ ਕੋਈ ਲਾ ਦੇਵਾ, ਲਾ ਵੀ ਲਾਓ ਤਾਂ ਫਿਰ ਹਜ਼ਰਤ ਇੱਕ ਮਿੰਟ ਵਾਸਤੇ ਹਾਫਿਜ਼ ਜੀ, ਅਗਰ ਹਜ਼ਰਤ ਮੌਲਾ ਅਲੀ ਸ਼ੇਰ ਖੁਦਾ ਨਬੀ ਕਰੀਮ ਦਾ ਕਲਮਾ ਨਾ ਪੜ੍ਹਦੇ ਤੇ ਅੱਜ ਮੌਲਾ ਅਲੀ ਨੂੰ ਅਸਾਂ ਸ਼ੇਰ ਖੁਦਾ ਕੋ ਮੰਨਣਾ ਸੀ? ਮੌਲਾ ਅਲੀ ਸਾਡਾ ਪੀਰ ਏ, ਮੌਲਾ ਅਲੀ ਮੋਮਿਨਾਂ ਦਾ ਪੀਰ ਏ। ਮੁਤਾਲਾ ਕਰ, ਤਾਰੀਖ ਦਾ ਪੜ੍ਹ ਲੈ, ਜਿਸਕੋ ਇੱਜ਼ਤ ਮਿਲੀ ਹੈ, ਚਾਹੇ ਸਿੱਦੀਕ ਅਕਬਰ ਕੀ ਜ਼ਾਤ ਹੋ, ਉਸਮਾਨ ਗਨੀ ਕੀ ਜ਼ਾਤ ਹੋ, ਮੌਲਾ ਅਲੀ ਕੀ ਜ਼ਾਤ ਹੋ, ਹਸਨੈਨ ਕੀ ਜ਼ਾਤ ਹੋ, ਹਜ਼ਰਤ ਅਬਾਸ ਕੀ ਜ਼ਾਤ ਹੋ, ਹਜ਼ਰਤ ਅਬਦੁੱਲਾ, ਜਿਸਕੋ ਇੱਜ਼ਤ ਮਿਲੀ ਹੈ ਇਸਲਾਮ ਕੀ ਦੌਲਤ ਸੇ ਮਿਲੀ ਹੈ, ਇਸਲਾਮ ਕੀ ਵਜ੍ਹਾ ਸੇ ਮਿਲੀ ਹੈ। ਔਰ ਮੈਂ ਨਾ ਗੌਰ ਤੇ ਕਰੇ, ਜਿਤਨੇ ਵਾਲ ਇੱਜ਼ਤ ਵਾਲੇ ਸਭ ਇਸਲਾਮ ਕੀ ਵਜ੍ਹਾ ਸੇ ਇੱਜ਼ਤ ਪਾ ਰਹੇ। ਹਜ਼ਰਤ ਉਮਰ ਵੋ ਹੈ ਜਿਹਦੀ ਵਜ੍ਹਾ ਨਾਲ ਇਸਲਾਮ ਨੂੰ ਇੱਜ਼ਤ ਪਈ ਮਿਲਦੀ ਹੈ। ਗੌਰ ਫਰਮਾ ਦੋ, ਜਿਹਦੀ ਇਹ ਮੇਰੀ ਬਾਤ ਨਹੀਂ ਜੇ, ਮੈਂ ਇਬਨੇ ਮਾਜਾ ਪੜ੍ਹਾਂ, ਬੁਖਾਰੀ ਪੜ੍ਹਾਂ, ਮੁਸਲਿਮ ਪੜ੍ਹਾਂ, ਜਾਮੇ ਤਿਰਮਿਜ਼ੀ ਪੜ੍ਹਾਂ, ਮਿਸ਼ਕਾਤ ਪੜ੍ਹਾਂ, ਮਿਰਕਾਤ ਪੜ੍ਹਾਂ, ਸ਼ਰਮ ਮਿਸ਼ਕਾਤ ਪੜ੍ਹਾਂ, ਮੇਰੇ ਨਬੀ ਕਰੀਮ ਨੇ ਹੱਥ ਚਾਹੇ ਆਖਿਆ ਯਾ ਅੱਲਾ ਜੀ ਸੋਹਣਿਆ, ਆਖਿਆ ਅੱਲਾਹੁਮਾ ਇਜ਼ਲ ਇਸਲਾਮਾ ਵੀ ਉਮਰ ਅਬਨੀਲ ਖਤਾਬ ਰੱਦੀ ਅੱਲਾ ਤਾਲਾ ਨੂੰ, ਯਾ ਅੱਲਾ ਇਸਲਾਮ ਨੂੰ ਇੱਜ਼ਤ ਦੇ। ਹਜ਼ਰਤ ਉਮਰ ਦੀ
اسلام نو عزت دے حضرت عمر دی وجہ نال آ بے سبب والی ہے بھی عمر ابن الخطاب خاصتن او کما قال النبی علیہ السلام نبی کریم پہ دعا کر دے یا اللہ اسلام نو عزت دے علی نہیں علی نہیں اجے پڑے تو اوتھے جتھے میں لے جانا یا اللہ اسلام نو حضرت جنوں عزت ملی گی اسلام دی وجہ نال اسلام نو عزت ملی تے جنوں اسلام دی وجہ نال عزت ملے اونوں سلام تے جی دی وجہ نال اسلام نو عزت ملے اونوں ہر پاسے جواب دیندا پیا حضرت سیدنا عمر ایک شیعہ آندا انہوں نے تقریرا بھی ہیں ریکارڈ ہیں آندا عمر کو شہید کہتے ہو کون سی جنگ میں عمر شہید ہوئے کون سی جنگ میں عمر شہید ہوئے میں حضرت علی المرتضیٰ دے غلاماں دا غلام اگر شیعہ کوئی ہے اگر بیٹھا ایتھے حضرت عمر دی شہادت دے انکار کرنے والا میں آنا حضرت علی المرتضیٰ کیڑی جنگ میں شہید ہوئے نے ایک پاسے آوے تے آکے حضرت علی المرتضیٰ شہادت کے مقام شہید نے اسا کوئی انکار نہیں کر دے کہ میں آنا جلیو ٹھنڈے دماغ نال سوچ جی اگر اے تیرا اعتراض حضرت عمر ابن خطاب دی شہادت تے ہوندے آپ کون سی جنگ میں شہید ہوئے شہید تو وہ ہوتا ہے جو میدان جنگ میں جائے کلمات اللہ حق کے لیے جو لڑتا رہے کفار کے ہاتھوں قتل ہو جائے وہ شہید ہے میں آنا جی اے قیدہ حضرت عمر واسطے سوچے ہی کہ حضرت علی المرتضیٰ کڑی جنگ میں شہید ہوئے حضرت عمر نو بھی وار مسیتی لگا مسیت جان دیو حضرت علی نو بھی وار مسیتی لگا عمر پاک بھی نماز پڑھن لئی آیا علی سونا بھی نماز پڑھن لئی آیا ادھر ابو لولو فروز ہے اودے ابن ملجم ہے اوتھے بھی وار مسجد وچ ادھر بھی وار مسجد وچ ادھر بھی زخم ادھر بھی زخم اودے بھی زخم نال شہادت ادھر بھی زخم نال شہادت جے مولا علی دی شہادت وچ شک کوئی نہیں تے حضرت اگلی بات اور سنو سنو حضرت جی آج کوئی نہیں کہہ سکتا میرا پتر میرا برا شہید ہوئے گا کی پتہ کڑی موت مر جائے کسے دی مجھا کھول دا فیر مارے اگلا مالک دے ہو جاندر ہے کوئی ہے مولوی کوئی پیر کوئی مفتی فتوہ دے دے وے کہ میرا برا شہید ہوئے گا یہ جناب اے کے نا دسیا پنڈ دا طبقان دا حافظ عدنان شہید ہوئے گا محمد اکرام شہید ہونگے دعا منگو اللہ شہادت دی موت دے لیکن کوئی گارنٹی دے سکتا پر میں صدقے جاواں دو جنے کائنات وچ ایسے ہیں دو جنے کائنات وچ ایسے ہیں دو جنے جنے ایک جنے دا نام حضرت عمر ہے ایک جنے دا نام عثمان غنی ہے میں انا پڑھ بخاری تے مسلم جامع ترمذی جلد دوجی صفحہ 209 پڑھ کے دیکھ مشکات دا صفحہ نمبر 554 پڑھ کے دیکھ لے ان انس ابن مالک سونا مدینے والا مدینے چوں نکلیا اگے آ گیا پہاڑ جے دا نام حافظ دی جبل احد مدینے شریف وچ سونے مدینے والے جے زبان ایڈا وڈا جبل پہاڑ بڑا وڈا کلو میٹر نبی کریم علیہ السلام نے پیر دھریا
مدینے والا کی آندا اس بت اوہ دن اے جبل احد رک جا پیغمبر قبر والے کو نہیں سنا سکتا پیغمبر مردوں کو نہیں سنا سکتا جیڑا پہاڑن سنائی بیٹھے ہاں جڑے نہ تن میں پاک حسنین کریم میں دی عزت واسطے دینا غور کرو دھیان کرو قرآن دی نص مولانا صاحب حضرت عیسیٰ علیہ السلام نے مردین زندہ کیتا کیتا نا وَعُبْرِ اُلَكْ مَا عَوَلْ اب رَسَبْ حَفَجِينَ دِي وَحِيَ الْمَوْتَ انہیں ایک میں تو آتا ہے نراض نو بیا فتوہ نا لبیا اللہ بھی دیتا دے کہڑا خیر ہے انہیں تو سا رجوع بھی تناڑی کر لینا نا آج ہی بندہ مریا پیا